ਸਸ਼ਕਾਲੀ ਸੋ ਨੇਚਰਲੀ ਮੈਂ ਇਥੋਂ ਪੈਨ ਮਿਓ ਰੋਟਾ ਹੋ ਤਾ ਖੜਾ ਹੋ ਰਿਹਾ ਤੇ ਪਰਿਵਾਰ ਦੇ ਪੱਖੋਂ ਜਿੱਥੇ ਇਥੇ ਸਾਡਾ ਵਸੇਵਾ 100 ਸਾਲ ਤੋਂ ਉੱਪਰ ਦਾ ਹੋ ਚੁੱਕਾ ਬਜ਼ੁਰਗਾਂ ਦੀ ਜੜੀ ਕਾ ਲਣਾ ਆ ਉਸ ਦੇ ਵਿੱਚ ਪਬਲਿਕ ਸਰਵਿਸ ਬਹੁਤ ਲੰਬੇ ਸਮੇਂ ਤੋਂ ਇੰਟਰ ਜਨਰੇਸ਼ਨਲ ਜਿਹੜੀ ਚੱਲੀ ਆ ਰਹੀ ਆ ਉਸਨੇ ਨੇਚਰਲੀ ਮੈਨੂੰ ਜਿਹੜਾ ਪ੍ਰੇਰਿਤ ਕੀਤਾ ਤੇ ਪਿਛਲੇ ਤਕਰੀਬਨ ਮਕਾਉਂਗਾ ਜਿਹੜੇ 5-6 ਸਾਲਾਂ ਦੇ ਵਿੱਚ ਕੋਵਿਡ ਦੇ ਦੌਰਾਨ ਜੋ ਵਰਤੀਰਾ ਆਪਣੇ ਲੋਕਾਂ ਦੇ ਨਾਲ ਹੋਇਆ ਉਸਨੇ ਮੈਨੂੰ ਵੱਧ ਪ੍ਰੇਰਿਤ ਕੀਤਾ ਕਿ ਆਪਣੀ ਇੱਕ ਸੰਦੀ ਲੀਡਰਸ਼ਿਪ ਜਿਹੜੀ ਆ ਉਹਦੇ ਵਿੱਚ ਬਹੁਤ ਘੱਟ ਐਡਵੋਕਸੀ ਜਿਹੜੀ ਆਪਾਂ ਕਰ ਸਕੇ ਜਿਹੜੀ ਸਾਡੀਆਂ ਮੁਸ਼ਕਲਾਂ ਸੀਗੀਆਂ ਸਾਡੇ ਪਮਾ ਓਵਰ ਸੀਸਟਕ ਆਪਾਂ ਦੇਖਿਆ ਸਾਡੇ ਇਥੋਂ ਗਏ ਜਿਹੜੇ ਨੌਜਵਾਨ ਸੀ ਫਿਰ ਇਥੇ ਸਾਡੇ ਨਾਲ ਜੋ ਹੋ ਨਿਭੜਿਆ ਉਹਦੇ ਵਿੱਚ ਨੇਚੀ ਮਹਿਸੂਸ ਕੀਤਾ ਕਿ ਜਦ ਤੱਕ ਅਸੀਂ ਖੁਦ ਇਸ ਡਿਸੀਜਨ 메ਕਿੰਗ ਦਾ ਸਰਕਾਰ ਦਾ ਹਿੱਸਾ ਨਹੀਂ ਬਣਦੇ ਤਦ ਤੱਕ ਆਪਾਂ ਆਪਣੇ ਦੇ ਲਈ ਕੋਈ ਫਧੀਆ ਪਗ ਡੰਡੀਆਂ ਜਿਹੜੀਆਂ ਨਹੀਂ ਆ ਪਾ ਸਕਣਾ ਸੋ ਇਹ ਸਪਿਰਟ ਨੂੰ ਲੈ ਕੇ ਨੇਚੀ ਮੈਂ ਕਾਫੀ ਆਪਣੇ ਸ਼ੋਲਡਰ ਦੇ ਉੱਤੇ ਭਾਰ ਜਿਹੜਾ ਮਹਿਸੂਸ ਕਰਦਾ ਸੋ ਉਹ ਜਰਨੀ ਜਿਹੜੀ ਮੈਨੂੰ ਇੱਥੇ ਆ ਜਾ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ ਕੈਂਡੀਡੇਟਸ਼ਿਪ ਵੱਲ ਲੈ ਆਈ ਸੋ ਆਪਣੇ ਪਰਿਵਾਰਾਂ ਦੀ ਇੰਡੀਅਨਸ ਦੀ ਦੀਆਂ ਜਿਹੜੀਆਂ ਵੈਲਿਊਜ਼ ਆ ਉਹ ਨੈਸ਼ਨਲ ਪਾਰਟੀ ਨਾਲ ਬਹੁਤ ਜ਼ਿਆਦਾ ਲਾਈਨ ਕਰਦੀਆਂ ਮੈਂ ਟ্রੂਲੀ ਫੀਲ ਕਰਦਾ ਤੁਸੀਂ ਸੈਲਫ ਰਿਸਪੌਂਸਿਬਿਲਟੀ ਆਪ ਖੁਦ ਮੁਖਤਿਆਰੀ ਆਪਾਂ ਪੰਜਾਬੀ ਇਸ ਦੇ ਵਿੱਚ ਸਦਾ ਦੁਨੀਆ ਭਰ ਚ ਵੀ ਕਿਤੇ ਗਿਆ ਆਪਣੇ ਲਈ ਕੰਮ ਕਰਦੇ ਆ ਉਹ ਚੀਜ਼ ਜਿਹੜੀ ਇਸ ਪਾਰਟੀ ਦੇ ਵਿੱਚ ਬਹੁਤ ਡੋਮਿਨੈਂਟ ਆ ਆਪਣਾ ਭਵਖ ਆਪ ਸਿਰਜਦੇ ਆ ਤੁਸੀਂ ਫਿਰ ਕੰਪੇਟਿਟਿਵ ਨੇਚਰ ਕਮਿਊਨਿਟੀ ਨੂੰ ਫਿਰ ਜਿਹੜਾ ਅੱਗੇ ਰੱਖ ਕੇ ਗਿਵਿੰਗ ਬੈਕ ਇਹ ਸਾਰਾ ਕੁਝ ਇਸ ਪਾਰਟੀ ਦੇ ਵਿੱਚ ਖੜਾ ਸਪਿਰਟ ਜਿਹੜੀ ਲੋਇਲਟੀ ਆਪਣੇ ਪਾਰਟੀ ਨੂੰ ਫਿਰ ਕੰਟਰੀ ਨੂੰ ਜਿਹੜੀ ਆ ਤੇ ਉਹ ਤੁਸੀਂ ਜਦੋਂ ਦੇਖਦੇ ਆ ਆਪਾਂ ਵੀ ਇਸ ਮੁਲਕ ਦੇ ਵਿੱਚ ਉਹ ਸਾਰੀਆਂ ਵੈਲਿਊਜ਼ ਜਿਹਨੀਆਂ এডਿਕੇਸ਼ਨ ਇਹਨਾਂ ਦੇ ਲਈ ਵੀ ਬਹੁਤ ਇੰਪੋਰਟੈਂਟ ਆ ਉਹ ਵੈਲਿਊਜ਼ ਨੇਚਰਲੀ ਮੈਂ ਮਹਿਸੂਸ ਕੀਤਾ ਕਿ ਮੇਰੇ ਲਈ ਇੰਪੋਰਟੈਂਟ ਸੀ ਜਦੋਂ ਸਿਲੈਕਸ਼ਨ ਕਿਹੜੀ ਪਾਰਟੀ ਦੇ ਨਾਲ ਜਾਣਾ ਸੋ ਇਸ ਪੱਖੋਂ ਮੈਂ ਬਹੁਤ ਨਿੱਜੀ ਤੌਰ ਦੇ ਉੱਤੇ ਸਕੂਨ ਮਹਿਸੂਸ ਕਰਦਾ ਕਿ ਜਿਹੜੀ ਨੈਸ਼ਨਲ ਪਾਰਟੀ ਆ ਉਹਨਾਂ ਨੇ ਅਮ ਉਹ ਸਾਰਾ ਮੇਰੀ ਜਰਨੀ ਸੁਣ ਕੇ ਮੈਨੂੰ ਓਪਰਚੁਨਿਟੀ ਦਿੱਤੀ ਤੇ ਜਿੱਥੋਂ ਮੈਂ ਖੜਾ ਹੋ ਰਿਹਾ ਪਾਪਟੋਈ ਆਪਾਂ ਇਸ ਟਾਈਮ ਬੈਠੀਆਂ ਗੜਿਆ ਪੰਜਾਬੀਆਂ ਦਾ ਤੇ ਇੱਥੋਂ ਹੀ ਮੈਨੂੰ ਫਿਰ ਸੀਟ ਜਿਹੜੀ ਆ ਦਿੱਤੀ ਆ ਸੋ ਪੈਨਮੇਅਰ ਓਟਾਹੂ ਦੀ ਜਿਹੜੀ ਇਲੈਕਟਰੇਟ ਆ ਉਹ ਪੁਇਨੀ ਰੋਡ ਪਾਪਟੋਈ ਤੋਂ ਸ਼ੁਰੂ ਹੁੰਦਿਆਂ ਜਿਹੜੀ ਆ ਫਿਰ ਗਾਂ ਨੂੰ ਜਾਂਦੀ ਆ ਰਾਈਟ ਅਪ ਟੂ ਪੈਨਮੇਅਰ ਸੋ ਮੈਂ ਮੇਨ ਜਿਹੜੀ ਗੱਲ ਦੱਸਣਾ ਚਾਹੁੰਦਾ ਸੀ ਕਿ ਜਿੱਥੇ ਤੁਸੀਂ ਹੁਣ ਬੋਰਡ ਸਾਰਿਆਂ ਨੇ ਦੇਖ ਹੀ ਲਿਆ ਸੋ ਉਸ ਸਾਰੇ ਚੈਪਟਰ ਦੇ ਵਿੱਚ ਇੰਪੋਰਟੈਂਟ ਜਿਹੜਾ ਐਲੀਮੈਂਟ ਆ ਉਹ ਇਹ ਹੈਗਾ ਕੀ ਇਲੈਕਸ਼ਨਾਂ ਤੋਂ ਪਹਿਲਾਂ ਆਪਾਂ ਜਿਹੜੇ ਨਵੇਂ ਨੀਜੀਲੈਂਡਰਸ ਆ ਉਹ ਆਪਣੀ ਵੋਟ ਬਣਾਉਣ ਵੋਟ.ਨਜ਼ ਉੱਤੇ 1 ਮਿੰਟ ਲੱਗਣਾ ਜਿੱਥੇ ਤੁਸੀਂ ਜਾ ਕੇ ਆਪਣੀ ਵੋਟ ਜਿਹੜੀ ਆ ਉਹ ਬਣਾ ਸਕਦੇ ਆ ਸੋ ਜੇ ਤੁਸੀਂ ਪਰਮਨੈਂਟ ਰੈਜ਼ਡਨ ਹੁੰਦੇ ਆ ਤੁਹਾਨੂੰ ਵੋਟ ਪਾਉਣ ਦਾ ਅਖਤਿਆਰ ਜਿਹੜਾ ਆ ਉਸ ਦਿਨ ਤੋਂ ਤੁਹਾਡੇ ਨਾਲ ਤੁਰਨਾ ਸ਼ੁਰੂ ਹੋ ਜਾਂਦਾ ਸੋ ਸਿਰਫ ਸਿਟੀਜ਼ਨ ਹੀ ਵੋਟ ਨਹੀਂ ਜਿਹੜਾ ਪਰਮਨੈਂਟ ਰੈਜ਼ੀਡੈਂਟ ਉਹ ਵੀ ਇਸ ਮੁਲਕ ਦੇ ਵਿੱਚ ਵੋਟ ਪਾ ਸਕਦਾ ਤੇ ਆਪਣੀ ਵੋਟ ਜਦੋਂ ਤੁਹਾਡੀ ਬਣ ਗਈ ਤੁਹਾਡੇ ਲੈਟਰ ਬਾਕਸ ਦੇ ਵਿੱਚ ਆ ਰਣੀ ਤੇ ਆਪਣੇ ਭਾਈਚਾਰੇ ਨੂੰ ਇੱਕ ਇੰਪੋਰਟੈਂਟ ਮੈਂ ਮੈਸੇਜ ਜਰੂਰ ਦੇਣਾ ਚਾਹਣਾ ਆ ਉਹ ਇਹ ਹੈਗਾ ਕਿ ਆਪਾਂ ਵੋਟ ਵੋਟ ਪਾਉਣ ਵਾਲੇ ਦਿਨ ਹੀ ਨਾ ਸੋਚੀਏ ਕਿ ਆਪਾਂ ਵੋਟ ਪਾਉਣ ਜਾਣਾ ਉਸ ਤੋਂ ਪਹਿਲੋਂ ਵੀ ਤੁਸੀਂ ਮਾਲਸ ਦੇ ਵਿੱਚ ਆਲੇ-ਦੁਆਲੇ ਵੋਟ 10 ਦਿਨ ਪਹਿਲਾਂ ਜਿਹੜੀ ਆ ਉਹ ਵੋਟ ਪਾ ਸਕਦੇ ਆਂ ਸੋ ਘੁੰਮਦਿਆਂ ਫਿਰਦਿਆਂ ਪਰਿਵਾਰ ਦੇ ਨਾਲ ਸ਼ਾਪਿੰਗ ਕਰਦੇ ਆਂ ਯੂ ਕੈਨ ਡੂ 댓 ਸੋ ਮੇਰੀ ਜਰਨੀ ਦੇ ਵਿੱਚ ਲੋਕਾਂ ਨੂੰ ਇਸ ਤੋਂ ਜਾਣੂ ਕਰਾਉਣਾ ਬਹੁਤ ਇੰਪੋਰਟੈਂਟ ਹੈਗਾ ਤੇ ਕਿਉਂਕਿ ਆਪਾਂ ਜੇ ਇਹ ਨਹੀਂ ਕਰਦੇ ਫਿਰ ਮੈਂ ਮਹਿਸੂਸ ਕਰਦਾ ਕਿ ਆਪਾਂ ਆਮ ਤੌਰ ਦੇ ਉੱਤੇ ਇਸ ਮੁਲਕ ਦੇ ਵੀ ਹੋ ਕੇ ਇਸ ਮੁਲਕ ਦੇ ਡੈਮੋਕਰੈਟਿਕ ਢਾਂਚੇ ਦਾ ਹਿੱਸਾ ਨਹੀਂ ਬਣ ਪਾਉਂਦੇ